ਸਾਰੇ ਜਾਲ ਹੀ ਜਾਲ ਵਿਛ ਗਿਆ ਗਾਈ, ਪੂਰੀ ਮਜ਼ਬੂਤੀ ਹੋ ਗਈ ਹੈ ਫਰਸ਼ ਦੀ। ਵਾਹਿਗੁਰੂ ਸੁੱਖ ਹੰਡਾਣਾ ਦੇਵੇ। ਹੋਰ ਪੂਰੇ ਘਰ ਚ ਸਰੀਆ ਸਰੀਆ ਕਰਦਾ, ਰਿਸ਼ਤੇ ਕੱਚੇ। ਸਹੀ ਗੱਲ ਹੈ। ਲੈ ਆ ਵੇਖਾਂ ਇੱਧਰ ਹਾਲ ਇਹਨਾਂ ਦੇ। ਬੇਸਮੈਂਟ ਦਾ ਵੀ ਸਾਰਾ ਜਿਵੇਂ ਲੈਂਟਰ ਪਿਆ, ਕੰਧਾਂ ਦਾ ਵੀ ਸਾਰਾ। ਆਹ ਥੋੜੀ ਜਿਹੀ ਗਲਤੀ ਰਹਿ ਗਈ ਉਦੋਂ, ਬਸ ਇਹ ਉਦੋਂ ਥੋੜਾ ਜਿਹਾ ਧਿਆਨ ਨਹੀਂ ਦਿੱਤਾ ਗਿਆ। ਫਿਰ ਕਲਾਸ 'ਚ ਤੁਹਾਨੂੰ ਮੈਮ ਹੀ ਲੱਗਦੇ ਨੇ ਕਿ ਚਾਚੀ ਦੇਖਦੇ ਨੇ ਵਿੱਚੋਂ? ਚਾਚੂ ਨੂੰ ਤੇ ਸਾਈਕਲੀਆਂ ਦਾ ਵਕਤ ਪਿਆ ਰਹਿੰਦਾ ਇੱਕ ਤੇ। ਫਰਸ਼ ਦਾ ਹਾਂ ਲੈਂਟਰ ਹੀ ਇਹ ਪੂਰਾ, ਲੈਂਟਰ ਵਾਂਗੂ ਜਾਲ। ਮੰਮੀ ਇੱਥੇ ਕਿਵੇਂ ਪੈਣਾ, ਸਮਿੰਟ ਪੈਣਾ? ਅੱਛਾ ਬਜਰੀ। ਨਹੀਂ ਉਹ ਤਾਂ ਬਾਅਦ ਚ। ਓਏ ਹਾਲੇ ਤੇ ਸਾਈਕਲ ਨਾ ਨਾ ਚੜਾਓ ਸੋਹਣੇ, ਕਿੰਨੀ ਸਲਾਬਾਂ ਨਾ ਆਵੇ, ਖਰਚਾ ਹੀ ਹੈ ਵੀ ਕਿੰਨਾ। ਉੱਤੇ ਚੜ੍ਹ ਤੇ ਨੀ ਸਕਦੇ ਆਪਾਂ, ਵਿੱਚ ਵਿੱਚ ਪੈਰ ਰੱਖ। ਤੇ ਪਾਣੀ ਵੀ ਪੈਣ ਲੱਗ ਗਿਆ। ਵਿਛ ਗਿਆ ਜਾਲ, ਐਨ ਪੱਧਰਾ ਹੋ ਗਿਆ। ਹੁਣ ਇੱਥੇ ਕਦੋਂ ਪਏਗਾ? ਕੱਲ ਨੂੰ। ਤੇ ਅੱਜ ਕੀ ਕਰਨਾ? ਹੁਣ ਆ ਜਿਹੜੀ ਆ ਗਟਕੇ ਦੇ ਉੱਤੇ ਪਾਣੀ ਮਾਰਨਾ ਪੈਣਾ। ਆ ਜਿਹੜਾ ਗਟਕਾ ਪਿਆ ਇੱਥੇ ਤਰਾਈ ਕਰਨੀ ਹੈ ਵੀ ਬਹਿ ਜੇ, ਮਤਲਬ ਹਾਂ ਕੱਲ ਨੂੰ ਅੱਛਾ ਚਲੋ ਪਰਮਾਤਮਾ ਵਧੀਆ ਵਧੀਆ ਕਰੇ। ਆਹ ਲਾਏ ਨੇ ਟੱਕ ਜਿਹੜੇ, ਉਹ ਕੰਧਾਂ ਦੇ ਲਾਏ ਨੇ, ਇੰਨਾ ਨਾ ਛਿੱਲੇ ਆ ਮਤਲਬ ਪਲਸਤਰ ਕਿ ਪਹਿਲੇ ਹੀ ਐਵੇਂ ਸੀ? ਅੱਛਾ ਆ ਥੱਲਿਓ ਬਾਉਂਡਰੀ ਜੀ ਜਿਹੜੀ, ਆਹ ਪੈਪ ਕਾਹਦੇ ਨੇ? ਆਹ ਜਿਹੜੇ ਬਾਹਰ ਨੇ। ਅੱਛਾ ਅੱਛਾ ਉਹ ਕਿੱਧਰ ਗਏ ਨੇ ਦੂਜੇ? ਅੱਗੇ ਤੇ ਗਿੱਲਾ ਏ, ਮੰਮੀ ਧਿਆਨ ਨਾਲ। ਸਾਰੇ ਪੈ ਗਿਆ, ਸਾਰੇ ਪੈ ਗਿਆ। ਸਰਕਾਰ ਨੂੰ ਆਉਂਦੇ ਬਿਲਿਆ ਦੀ ਨਾ ਇੱਕ ਦਿਨ ਪਹਿਲਾਂ ਆਖਣਾ ਪੈਂਦਾ ਸਰਕਾਰ ਨੇ ਨਵੇਂ ਇਸ ਮਤ ਦਾ ਤਰ ਤਿਆਰ ਹੋ ਸਕੀਏ ਦੀ। ਚਲੋ ਤਿੰਨ ਚਾਰ ਦਿਨ ਸਰਕਾਰ ਦਾ।
ਹੁਣ ਲੱਗਦਾ ਖੁੱਲਾ ਖੁੱਲਾ ਹੈ ਨਾ ਕਿੰਨਾ ਕਿੰਨਾ ਹੀ ਹੈ ਕਿਉਂ ਗਟਕਾ ਵੀ ਕਿੰਨਾ ਹੀ ਪੈ ਗਿਆ ਐਡਾ ਐਡਾ ਮੋਟਾ ਇਹ ਸੜਕਾਂ ਵਾਲਾ ਸਾਰਾ ਮਟੀਰੀਅਲ ਹੈ ਨਾ ਸਹੀ ਗੱਲ ਆ ਗਏ ਨੇ ਦੋ ਹੋਰ ਪੂਰੇ ਘਰ ਤੇ ਸਰੀਆ ਸਰੀਆ ਕਰਦਾ ਰਿਸ਼ਤੇ ਕੱਚੇ ਸਹੀ ਗੱਲ ਹੈ ਇੱਧਰ ਆ ਜਾਓ ਪੁੱਤਰ ਉਹ ਜਿਵੇਂ ਲੈਂਟਰ ਵਾਲੀ ਮਸ਼ੀਨ ਹੁੰਦੀ ਹੈ ਹਾਂ ਆਰ ਸੀ ਸੀ ਲੈਂਟਰ ਵਾਂਗੂ ਹੀ ਪੈਣਾ ਨਾ ਕਿੱਡਾ ਸੋਹਣਾ ਲੱਗਦਾ ਸਰੀਆ ਹੈ ਨਾ ਇੱਥੋਂ ਜੋੜ ਜੂੜ ਲਾ ਲਾ ਕੇ ਤੇ ਪੂਰੀ ਮਜ਼ਬੂਤੀ ਹੋ ਗਈ ਫਰਸ਼ ਦੀ ਵਾਹਿਗੁਰੂ ਸੁੱਖ ਹੰਡਾਣਾ ਦੇਵੇ ਆ ਵੇਖੋ ਇੱਧਰ ਹੈਲੋ ਆ ਵੇਖੋ ਇੱਧਰ ਬੇਸਮੈਂਟ ਬੇਸਮੈਂਟ ਇਹ ਸਾਰੇ ਜਾਲ ਹੀ ਜਾਲ ਵਿਛ ਗਿਆ ਗਾਈ ਤੇ ਇਹਦੇ ਉੱਪਰ ਹੁਣ ਜਿਵੇਂ ਲੈਂਟਰ ਵਾਂਗੂ ਪੈਣਾ ਸਾਰਾ ਸਮਿੰਟ ਪੈਣਾ ਤੇ ਇਹ ਫਰਸ਼ ਮਤਲਬ ਤਾਂ ਕਰਕੇ ਨਹੀਂ ਮਜ਼ਬੂਤੀ ਕਰਦੇ ਇੱਕ ਤਾਂ ਕੋਈ ਟੈਲ ਵਗੈਰਾ ਨਾ ਲਿਖੇ ਇੱਕ ਸਲਾਬੇ ਤੋਂ ਸਾਰੇ ਪੈ ਚੁੱਕੇ ਆ ਵੜ ਗਏ ਨੇ ਬੇਸਮੈਂਟ 'ਚ ਓਏ ਬੱਚਿਓ ਭੱਜ ਗਏ ਹਾਂ ਫਰਸ਼ ਦਾ ਇੱਕ ਪਾਸਾ ਹੋਏਗਾ ਫੇਰ ਹੀ ਲੱਕੜ ਦਾ ਹੋਏਗਾ ਕੁਛ ਪੌੜੀ ਦੀ ਵੀ ਹੋ ਗਈ ਕੰਪਲੀਟ ਐਂ ਚੈੱਕ ਚੈੱਕ ਐਂ ਲੱਗਦਾ ਨਾ ਜਿਵੇਂ ਲੱਗ ਗਈਆਂ ਹੁੰਦੀਆਂ ਨੇ ਟੈਲਾਂ ਹੈਨਾ ਅੱਛਾ ਅਸੀਂ ਫੋਟੋ ਬਣਾ ਕੇ ਆਪੀ ਲੈ ਆਵਾਂਗੇ ਆ ਇੱਧਰੋਂ ਹੁਣ ਕੰਧ ਰਹਿ ਗਈ ਹੈ ਹਾਂ ਪਾਪਾ ਨੂੰ ਹੁੰਦਾ ਹੈ ਨਾ ਆਹ ਹੁਣ ਜਿਹੜੀ ਨੀਂਹ ਪੁੱਟੀ ਇਹ ਹੋਏਗੀ ਇਹਦੀ ਕੰਧ ਹੋਣੀ ਆਪਣੀ ਕੰਧ ਕਰਨ 'ਚ ਹੀ ਫਾਇਦਾ ਹੈ ਚਲੋ ਬੇਸਮੈਂਟ ਦੇ ਵਿੱਚ ਵੜ ਕੇ ਬਹਿ ਗਏ ਨੇ ਕਿੱਧਰ ਹੋ ਲੈ ਆ ਵੇਖਾਂ ਇੱਧਰ ਹਾਲ ਇਹਨਾਂ ਦੇ ਉੱਥੋਂ ਚੜਿਆ ਨਹੀਂ ਜਾਂਦਾ ਪਿਆ ਸੱਟ ਨਾਲ ਵਾਲੇ ਹੋ ਇਹ ਸਟੇਜ ਕੀ ਪਲੇ ਪਲੇ ਰੂਮ ਆ ਇੱਧਰੋਂ ਆ ਗਈਆਂ ਸਟੇਅਰਸ ਵੀ ਨਹੀਂ ਦਿਖਦੀਆਂ ਪਈਆਂ
ਬੜਾ ਹੀ ਨੀਵਾ ਲੱਗਦਾ। ਆ ਰਹੀ ਆ ਸਟੇਅਰਸ, ਆ ਰਹੀ ਬੇਸਮੈਂਟ, ਤੇ ਬੇਸਮੈਂਟ ਬੇਸਮੈਂਟ ਦਾ ਵੀ ਸਾਰਾ ਜਿਵੇਂ ਲੈਂਟਰ ਪਿਆ, ਕੰਧਾਂ ਦਾ ਵੀ ਸਾਰਾ, ਜਿਹੜੀਆਂ ਕੰਧਾਂ ਨੇ ਮੁੱਕੀਆਂ ਨੇ। ਹਾਂ ਉੱਥੋਂ ਰਹਿ ਗਿਆ, ਤੇ ਵਿੰਡੋ ਲੱਗਣੀ ਪੁੱਤਰ, ਆਹ ਥੋੜੀ ਜਿਹੀ ਗਲਤੀ ਰਹਿ ਗਈ ਉਦੋਂ ਬਸ, ਵੀ ਆਹ ਉੱਚਾ ਰਹਿ ਗਿਆ, ਇਹਨੂੰ ਥੋੜਾ ਨੀਵਾਂ ਕਰਨਾ ਸੀ। ਫਿਰ ਇੰਨਾ ਸੋਹਣਾ ਇਹਨੇ ਬੈੱਡ ਦਾ ਕੰਮ ਕਰਨਾ ਸੀ ਨਾ, ਵਧੀਆ ਇਹ ਉਦੋਂ ਥੋੜਾ ਜਿਹਾ ਧਿਆਨ ਨਹੀਂ ਦਿੱਤਾ ਗਿਆ। ਤੂੰ ਕੱਪੜੇ ਗੰਦੇ ਨਹਾਤੇ ਪਏ ਹੋ ਤੁਸੀਂ ਦੋਵੇਂ ਜਣੇ, ਵੇਖੀ ਉੱਥੇ ਚੜ ਕੇ ਬੈਠੇ ਸਟੇਜ ਤੇ, ਬੇਸਮੈਂਟ ਦਾ ਤੇ ਨਹੀਂ ਹੁਣ ਕੁਛ ਰਹਿ ਗਿਆ ਯਾਰ, ਆਹ ਇਹਦਾ ਰਹਿ ਗਿਆ, ਜ਼ਰੂਰ ਕਰਾਇਓ ਆਹ, ਇਹਨੂੰ ਜ਼ਰੂਰ ਨੀਵਾਂ ਕਰਾਇਓ। ਹਾਂ ਆਓ ਬਾਅਦ ਚ ਕਰਾ ਲਿਓ, ਚਲਾ ਜਾਓ ਨਾ, ਮੈਂ ਚੱਲੀ ਫਿਰ। ਸ਼ਾਲ ਨੀ ਮਾਰਨੀ ਹੈਗੀ, ਪਹਿਲਾਂ ਚੜ ਕੇ ਬਹਿ ਗਏ, ਸੱਟ ਖਾ ਲੈਣੀ ਹੈ ਮੁੰਡੇ ਹੋ ਤੁਸੀਂ, ਮੈਂ ਧਰਦੀ ਹਾਂ ਆਹ ਦੋ ਲੰਗੂਰ ਜਿਹੜੇ ਨੇ ਇਹ ਹੁਣ ਉੱਤੇ ਟੰਗੇ, ਆ ਇੰਨਾ ਆਹ ਦੋ ਲੰਗੂਰ ਉਹ ਡਿੱਗ ਜੋਗੇ, ਇੰਨਾ ਆਹ ਥੋੜਾ ਨੀਵਾਂ ਚਾਹੀਦਾ ਸੀ, ਫਿਰ ਪੂਰਾ ਬੈੱਡ ਬਣ ਜਾਣਾ, ਇੱਥੇ ਆਰਾਮ ਨਾਲ ਗੱਦਾ ਲਾਉਂਦੇ, ਇੰਨਾ ਚੌੜਾ ਹੈ, ਆਰਾਮ ਨਾਲ ਗੱਦਾ ਲਾਉਂਦੇ ਜੇ ਇੰਨਾ ਨੀਵਾਂ ਹੁੰਦਾ, ਇੰਨਾ ਵੀ ਨਹੀਂ ਥੋੜਾ ਜਿਹਾ ਹੋਰ ਨੀਵਾਂ, ਅੱਜ ਜਦੋਂ ਤੱਕ ਪੇਂਟਡ ਹੋ ਗਿਆ ਅੱਧੇ ਆਹ ਹੱਲੇ ਤੇ ਆ, ਆ ਫਿਲਹਾਲ ਹਾਲਤ ਹੈ ਬੇਸਮੈਂਟ ਦੀ, ਤੇ ਬਾਕੀ ਬੱਲੇ ਬੱਲੇ ਹੌਲੀ ਹੌਲੀ ਹੋ ਜਾਏਗੀ ਸੈਟਿੰਗ। ਚਲੋ ਵੀ ਉਤਰੋ ਉਤਰੋ, ਚਲੋ ਬੇਸਮੈਂਟ ਦੇ ਕੀ ਲੱਗਣਾ, ਇੱਥੇ ਸ਼ੀਸ਼ਾ ਲੱਗਣਾ, ਆ ਕੀ ਹੈ, ਅੱਛਾ ਪੈਪ ਹੈ, ਆ ਇੱਡੀ ਵਿੰਡੋ ਆ ਜਾਂਦੀ ਹੈ ਨਾ ਬਾਹਰ, ਇਹ ਵੀ ਸਲਾਈਡ ਵਾਲੀ ਵਿੰਡੋ, ਸਲਾਈਡ ਵਾਲੀ ਸੋਹਣੀ ਲੱਗੇਗੀ ਹੈ ਨਾ, ਚੱਲ ਇੱਕ ਹੀ ਖੁੱਲੀ ਜਾਏ, ਆ ਤੇਰਾ ਸੂਟ ਲੈ ਲੈਣਾ ਮੈਂ ਜਿਹੜਾ ਤੂੰ ਪਾਇਆ ਹੈ ਨਾ, ਹੈਂ ਮੈਨੂੰ ਪੂਰਾ ਆ ਜਾਏਗਾ, ਹੈਂ ਲੈ ਲਾ, ਹਾਂ ਆ ਜਾਣਾ ਏ, ਆਈ ਨਾ ਆਈ, ਮੈਂ ਤੇ ਪਾਣੀ ਪਾਣਾ, ਮੈਨੂੰ ਨਹੀਂ ਪਤਾ, ਮੈਨੂੰ ਤੇ ਬੜਾ ਸੋਹਣਾ ਲੱਗਿਆ, ਕਿੱਥੋਂ ਲੈ ਕੇ ਆਈ ਹੈ, ਹੈ ਕਿਹਦੇ ਕੋਲੋਂ, ਗੋਰੇ ਅੰਕਲ ਕੋਲੋਂ, ਹੈ ਕਿਹੜੇ ਅੰਕਲ ਕੋਲੋਂ, ਪੁੱਤਨੀ ਤੇ ਤੁਸੀਂ ਕਿੰਨਾ ਕੁ ਕੰਮ ਰਹਿ ਗਿਆ ਤੁਹਾਡਾ, ਥੋੜਾ ਜਿਹਾ ਰਹਿ ਗਿਆ, ਤੇ ਕੌਣ ਕਰਵਾਉਂਦਾ ਹੁੰਦਾ, ਖੁਦ ਕਰਦੇ ਹੋ, ਵੈਰੀ ਗੁੱਡ, ਫਿਰ ਮੰਮਾ ਤੋਂ ਪੁੱਛ ਲੈਂਦੇ, ਤੇ ਉਹ ਤੁਹਾਡੇ ਮੈਮ ਨੇ ਜਿਹੜੇ ਉਹ ਉੱਥੇ ਪਿੰਕ ਸੂਟ ਵਾਲੇ ਨੇ ਉਹ, ਹੈਂ ਮੈਮ ਨੇ, ਤੁਸੀਂ ਇੱਥੇ ਮੈਮ ਬੋਲਦੇ ਹੋ ਕਿ ਚਾਚੀ ਜੀ ਬੋਲਦੇ ਹੋ, ਮੈਮ ਬੋਲਦੇ ਹੋ, ਠੀਕ ਹੈ,
ਫਿਰ ਕਲਾਸ 'ਚ ਤੁਹਾਨੂੰ ਮੈਮ ਹੀ ਲੱਗਦੇ ਨੇ ਕਿ ਚਾਚੀ ਦੇਖਦੇ ਨੇ ਵਿੱਚੋਂ ਕੀ ਦੇਖਦੇ ਨੇ ਮੈਮ? ਚਾਚੀ ਦੇਖਦੇ ਨੇ, ਚਾਚੀ ਦੇਖਦੇ ਨੇ ਹੈ। ਫਿਰ ਤੁਸੀਂ ਉੱਥੇ ਫੁਕਰੀ ਮਾਰਦੇ ਹੋਣੇ ਵੀ ਸਾਡੀ ਚਾਚੀ ਲੱਗੀ ਹੈ, ਵੀ ਆ ਜਾਓ ਚੱਕ ਦੇ ਇੱਧਰ, ਕੋਈ ਡਰ ਹੀ ਨਹੀਂ ਹੈਗਾ ਸਾਨੂੰ ਹੈ, ਇਹ ਤਾਂ ਨਹੀਂ ਕਰਦੇ। ਅੱਛਾ, ਗੁੱਡ ਗੁੱਡ ਬੱਚੇ ਹੋ ਤੁਸੀਂ ਹੈ। ਬਾਏ। ਇੰਚਾਰਜ ਮੈਮ ਨੇ ਤੁਹਾਡੇ? ਹਾਂਜੀ ਹਾਂਜੀ, ਬੋਲੀ ਬੜੀ ਸੋਹਣੀ ਹੈ। ਚਾਚੂ ਨੂੰ ਤਾਂ ਸਾਈਕਲੀਆਂ ਦਾ ਵਕਤ ਪਿਆ ਰਹਿੰਦਾ ਇੱਕ ਤੇ ਚੁੱਕ ਲੀਆਂ ਚੱਕਚੂ ਸਾਈਕਲੀਆਂ ਸੁੱਕਲੀਆਂ, ਕੰਮ ਹੀ ਨਹੀਂ ਹੈਗਾ ਇਹਨਾਂ ਨੂੰ ਫੁਕਰਿਆਂ ਨੂੰ।